ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਨੂੰ ਆਧਾਰ ਬਣਾ ਕੇ ਵਿਚਾਰ ਚਰਚਾ ਕਰਾਂਗਾ ਆਓ ਸਭ ਤੋਂ ਪਹਿਲਾਂ ਉਹਨਾਂ ਦੀ ਤਰਤੀਬ ਤੁਹਾਡੇ ਨਾਲ ਸਾਂਝੀ ਕਰ ਲਈਏ ਜਾਂ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਲਈਏ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਹੈ ਅਮਰੀਕਾ ਵਾਲੇ ਪਾਸਿਓਂ ਮਿਲ ਰਹੀ ਹੈ ਅਮਰੀਕਾ ਦੇ ਵਿੱਚ 20 ਸਾਲ ਪਹਿਲਾਂ ਆ ਕੇ ਇੱਕ ਪੰਜਾਬੀ ਵਿਅਕਤੀ ਵਸਿਆ ਜਿਹੜਾ ਆਪਣੇ ਸਮੇਂ ਦਾ ਚੋਟੀ ਦਾ ਐਥਲੀਟ ਸੀ ਉਸ ਨੇ ਆਪਣੀ ਮਾਂ ਅਤੇ ਘਰ ਵਾਲੀ ਚਾਕੂ ਨਾਲ ਵੜ ਦਿੱਤੀਆਂ ਨੇ ਕਾਰਨ ਕੀ ਰਹੇ ਨੇ ਕੌਣ ਵਿਅਕਤੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਏਸੀ ਤਰ੍ਹਾਂ ਇੱਕ ਖਬਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਹੈ ਜਦੋਂ ਵੀ ਅਸੀਂ ਆਪਣੇ ਕਿਸੇ ਪੁੱਤ ਨੂੰ ਕਿਸੇ ਧੀਰੂ ਵਿਦੇਸ਼ਾਂ ਦੇ ਵਿੱਚ ਭੇਜਦੇ ਹਾਂ ਅਸੀਂ ਚੰਗੇ ਭਵਿੱਖ ਲਈ ਭੇਜਦੇ ਹਾਂ ਸੁਨਹਿਰੀ ਸੁਪਨੇ ਸਾਕਾਰ ਕਰਨ ਵਾਸਤੇ ਭੇਜਦਿਆਂ ਪਰ ਮਾਪਿਆਂ ਦਾ ਵਿਦੇਸ਼ ਭੇਜਿਆ ਪੁੱਤ ਹੁਣ ਜਿਹੜੀ ਆਸ ਉਮੀਦ ਹੁੰਦੀ ਹੈ ਕਿ ਇਸ ਸਾਲ ਆਏਗਾ ਦਸੰਬਰ ਚ ਆਏਗਾ ਅਗਲੇ ਵਰੀ ਆਏਗਾ ਉੱਪਰ ਦੀ ਹਲੇ ਕੁਆਰਾ ਤੇ 25 ਵਰਿਆਂ ਦਾ ਸੀ ਹੁਣ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਹੈ ਤੇ ਉਹ ਆਪਣੇ ਪੁੱਤਰ ਦੀ Laash ਦੀ ਉਡੀਕ ਵਿੱਚ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਮੰਦ ਭਾਗੀ ਖਬਰ ਹੈ ਪਰਿਵਾਰ ਦੇ ਉੱਤੇ ਦੁੱਖ ਪਹਾੜ ਟੁੱਟ ਗਏ ਨੇ ਸੋ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਰੋਪੜ ਦੇ ਵਿੱਚੋਂ ਬੀਤੇ 25 ਤੇ 26 ਅਗਸਤ ਦੀ ਰਾਤ ਦੀ ਇੱਕ ਖਬਰ ਮਿਲੀ ਸੀ ਉਸ ਦਰਮਿਆਨੀ ਰਾਤ ਨੂੰ ਕਿ ਇੱਕ ਬਿਰਧ ਮਾਂ ਹਾਈਵੇ ਦੇ ਉੱਤੇ ਸੁੱਟ ਦਿੱਤੀ ਗਈ ਹੈ ਮਰਨ ਵਾਸਤੇ ਕਿ ਹਾਦਸਾ ਲੱਗੂਗਾ ਉਹਦੇ ਤੋਂ ਬਾਅਦ ਉਸ ਦੀ ਨੂੰਹ ਤੇ ਪੁੱਤ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਸੀ ਹਾਲੇ ਤਾਂ ਪਹਿਲੀ ਖ਼ਬਰ ਹੀ ਨਹੀਂ ਸੈ ਹਿੱਸੋ ਕਰਹੀ ਆ ਦੂਸਰੀ ਤੇ ਤੀਸਰੀ ਖ਼ਬਰ ਲਗਾਤਾਰ ਮਿਲ ਰਹੀ ਹੈ ਅੰਮ੍ਰਿਤਸਰ ਦੇ ਵਿੱਚੋਂ ਵੀ ਮਿਲੀ ਸੀ ਆ ਰੋਪੜ ਵਾਲੀ ਖ਼ਬਰ ਵੀ ਹੈ ਪਰ ਇਸ ਖਬਰ ਦੇ ਵਿੱਚ ਵੀ ਹੁਣ ਜਿਹੜੀ ਅਪਡੇਟ ਆਈ ਹੈ ਇਸ ਵਰਤਮਾਨ ਦੇ ਪੁੱਤ ਤੇ ਨੂਹ ਸਾਹਮਣੇ ਆ ਗਿਆ ਨਾਲ ਵੀਡੀਓ ਵੀ ਪੇਸ਼ ਕਰ ਦਿੱਤੇ ਕਾਗਜ਼ ਪੱਤਰ ਵੀ ਪੇਸ਼ ਕਰ ਦਿੱਤੇ ਹੁਣ ਇਹ ਉਸ ਖਬਰ ਦਾ ਅਗਲਾ ਪਾਸਾ ਹੈ ਇੱਕ BC ਨਾਲ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਕੈਨੇਡਾ ਦੀ ਖਬਰ ਹੈ ਤੁਹਾਨੂੰ ਪਤਾ ਹੈ ਕਿ ਇਸ ਪੈਂਡੈਮਿਕ ਦੇ ਦੌਰਾਨ ਮਾਰਚ ਮਹੀਨੇ ਤੋਂ ਬਹੁਤ ਸਾਰੇ ਲੋਕਾਂ ਜਿਹੜੇ ਰੋ ਟੈਸਟ ਸੀ ਉਹ ਬੰਦ ਕਰ ਦਿੱਤੇ ਗਏ ਸਨ ਕੁਝ ਸਮਾਂ ਪਹਿਲਾਂ ਇਹ ਰੋ ਟੈਸਟ ਦੁਬਾਰਾ ਲੈਣੇ ਸ਼ੁਰੂ ਕਰ ਦਿੱਤੇ ਗਏ ਤੇ ਬੁਕਿੰਗ ਸ਼ੁਰੂ ਹੋ ਗਈ ਹੈ ਹਾਗ ਬੜੇ ਸਰਕਾਰਮ ਨੇ ਇੱਕ ਵੈਬਸਾਈਟ ਬਣਾ ਲਈ ਹੈ ਠੱਗੀ ਕਿਵੇਂ ਮਾਰਦੇ ਆ ਇਹ ਖਬਰ ਤੁਹਾਨੂੰ ਸੁਣਾਉਣੀ ਵੀ ਆ ਤੇ ਨਾਲ ਸੁਚੇਤ ਵੀ ਕਰਨਾ ਕਿਤੇ ਠੱਗੇ ਨਾ ਜਾਇਓ ਕਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੇ ਹੋ ਤੇ ਰੋਟਾ ਇਸ ਦੇਣਾ ਇਸੇ ਤਰ੍ਹਾਂ ਦੀ ਖਬਰ ਆ ਇੱਕ ਬਦਲਾਅ ਲਊ ਕਾਰਵਾਈ ਹੋਈ ਆ ਪਟਿਆਲੇ ਦੇ ਵਿੱਚ ਆ ਬੀਤੇ ਮੰਗਲਵਾਰ ਨੂੰ ਬਿਜਲੀ ਵਿਭਾਗ ਵਾਲਿਆਂ ਨੇ ਬਿਜਲੀ ਵਿਭਾਗ ਵਾਲਿਆਂ ਨੇ ਕੁਝ ਜਿਹੜੇ ਡਿਫਾਲਟਰ ਲੋਕ ਸੀ ਉਹਨਾਂ ਦੇ ਕਨੈਕਸ਼ਨ ਕੱਟੇ ਤੇ ਚਾਰ ਥਾਣਿਆਂ ਦੇ ਕਨੈਕਸ਼ਨ ਕੱਢ ਦਿੱਤੇ ਇਹ ਥਾਣਿਆਂ ਵਾਲਿਆਂ ਨੇ ਫਿਰ ਹੁਣ ਕੀ ਕੀਤਾ ਬੋਧਵਾਰ ਨੂੰ ਨਾਕੇ ਲਾ ਕੇ ਖੜ ਗਏ ਕਿਵੇਂ ਕਿਵੇਂ ਚਲਾਨ ਕੱਟੇ ਨੇ ਤੇ ਕਿੰਨਿਆਂ ਦੇ ਚਲਾਨ ਕੱਟਤੇ ਹਾਲ ਦੁਹਾਈ ਪਈ ਪਈ ਆ ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਆਮ ਤੌਰ ਤੇ ਨਸ਼ਿਆਂ ਤੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਘਰ ਪੱਟ ਤੇ ਹਰ ਇੱਕ ਮੁਲਕ ਦੇ ਵਿੱਚ ਨਸ਼ਾ ਆਵੜਿਆ ਪਰ ਨਸ਼ੇੜੀ ਵਿਅਕਤੀ ਆਪਣੀ ਹੋਸ਼ ਕਿਵੇਂ ਗਵਾ ਬੈਠਦਾ ਲੁਧਿਆਣਾ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਇੱਕ ਨਸ਼ੇੜੀ ਬਾਪ ਨੇ ਆਪ ਮਾਇਕ ਮੇ ਨੂੰ ਲੋਕਾਂ ਨੂੰ ਪੁਲਿਸ ਨੂੰ ਨਗਰ ਨਿਗਮ ਨੂੰ ਸਾਰਿਆਂ ਨੂੰ ਕਈ ਘੰਟੇ ਕੰਮ ਲਈ ਰੱਖਿਆ ਵੀ ਮੇਰੇ ਪੁੱਤ ਕੋ ਆ ਚ ਗਏ ਪਰ ਪੁੱਤ ਲੱਭੇ ਕਿੱਥੋਂ ਨੇ ਇਹ ਖਬਰ ਆਪਣੇ ਆਪ ਦੇ ਵਿੱਚ ਇੱਕ ਅਜੀਬ ਖਬਰ ਹੈ ਦੋਸਤੋ ਇਹ ਕੁਝ ਖਬਰਾਂ ਨੇ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਪ ਸਭ ਤੋਂ ਪਹਿਲੀ ਖਬਰ ਦਰਦਨਾਕ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਖੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨਾਲ ਸੰਬੰਧਿਤ ਇਕਬਾਲ ਸਿੰਘ ਬੋਪਾ ਰਾਏ 1983 ਦੇ ਵਿੱਚ ਏਸ਼ੀਅਨ ਖੇਡਾਂ ਦੇ ਵਿੱਚ ਬ੍ਰਾਊਨਜ਼ ਮੈਡਲ ਵਿਜੇਤਾ ਤੇ ਬਾਅਦ ਦੇ ਵਿੱਚ ਨੈਸ਼ਨਲ ਚੈਂਪੀਅਨ ਵੀ ਰਹੇ ਅਤੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹੋਰਾਂ ਹੱਥੋਂ ਸਨਮਾਨ ਵੀ ਪ੍ਰਾਪਤ ਕੀਤੇ ਨਾਂ ਸੀ ਪੂਰਾ ਸਿੱਕਾ ਸੀ ਪੂਰਾ 20 ਕੁ ਬਰੇ ਪਹਿਲਾ ਫਿਲਾਡਲਫੀਆ ਦੇ ਵਿੱਚ ਆ ਕੇ ਵਸ ਗਏ ਪਰਿਵਾਰ ਸਮੇਤ ਹਸਦੀ ਵਸਦੀ ਜ਼ਿੰਦਗੀ ਤੇ ਟੈਕਸੀ ਚਲਾ ਕੇ ਆਪਣੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ ਪਰ ਗੀਤੇ ਕੱਲ ਪਤਾ ਨਹੀਂ ਕਿਹੜਾ ਭੂਤ ਸਰ ਤੇ ਸਵਾਰ ਹੋਇਆ ਚਾਕੂ ਚੁੱਕਿਆ ਆਪਣੀ ਘਰ ਵਾਲੀ ਜਸਪਾਲ ਕੌਰ 93 ਵਰਿਆਂ ਦੀ 90 ਵਰਿਆਂ ਦੀ ਮਾਨ ਨਸੀਬ ਕੌਰ ਚਾਕੂ ਨਾਲ ਵੜ ਸੁੱਟੀਆਂ ਗਰਦਣਾ ਵੜ ਸੁੱਟੀਆਂ ਉਹਦੇ ਤੋਂ ਬਾਅਦ ਆਪਣੇ ਪੁੱਤ ਨੂੰ ਫੋਨ ਕੀਤਾ ਜਿਹੜਾ ਬਾਹਰ ਸੀ ਹੁਣ ਇੱਕ ਬਾਪ ਪੁੱਤ ਨੂੰ ਫੋਨ ਕਰੇ ਇਹੀ ਹੁੰਦਾ ਪੁੱਤ ਫੋਨ ਚੱਕੂ ਪੁੱਛੂਗਾ ਕਿ ਬਾਪ ਇਹੀ ਪੁੱਛੂਗਾ ਪੁੱਤ ਕਿੱਥੇ ਐ ਕਾਦ ਘਰ ਆਵੇਂਗਾ ਕੰਮ ਕਿਹੋ ਜਿਹਾ ਸਿਹਤ ਕਿਵੇਂ ਐ ਆਕੂਵੜ ਦੇ ਕਰਕੇ ਦੋ ਚਾਰ ਸਵਾਲ ਹੋਰ ਪੁੱਛ ਲੈਣੇ ਆ ਪਰ ਜਦੋਂ ਇੱਕ ਪੁੱਤ ਨੇ ਫੋਨ ਰੀਸੀਵ ਕੀਤਾ ਤੇ ਬਾਪ ਮੂਰੇ ਉਹਨੂੰ ਸੁਨੇਹਾ ਦੇ ਰਿਹਾ ਹੈ ਕਿ ਪੁੱਤ ਮੈਂ ਤੈਨੂੰ ਦੱਸਣਾ ਹੀ ਚਾਹੁੰਦਾ ਸੀ ਮੈਂ ਤੇਰੀ ਮਾਂ ਵੀ ਕਤਲ ਕਰ ਦਿੱਤੀ ਤੇ ਤੇਰੀ ਦਾਦੀ ਵੀ ਕਤਲ ਕਰ ਦਿੱਤੀ ਪਹਿਲਾਂ ਤਾਂ ਉਹਨੂੰ ਮਜ਼ਾਕ ਲੱਗਿਆ ਪਰ ਜਦੋਂ ਬਾਪ ਨੇ ਕਿਹਾ ਮੈਂ ਮਜ਼ਾਕ ਨਹੀਂ ਕਰ ਰਿਹਾ ਦਾਰ ਅਸਲ ਮੈਂ ਵਾਢ ਦਿੱਤੀਆਂ ਨੇ ਟੁੱਕ ਦਿੱਤੀਆਂ ਨੇ ਤੇ ਉਸ ਮੁੰਡੇ ਨੇ ਉਸੇ ਹੀ ਵਕਤ ਪੁਲਿਸ ਨੂੰ ਫੋਨ ਕੀਤਾ ਜਦੋਂ ਪੁਲਿਸ ਕੁਝ ਮਿੰਟਾਂ ਸੈਕਿੰਡਾਂ ਦੇ ਵਿੱਚ ਉਸਦੇ ਘਰ ਦੇ ਉੱਤੇ ਦਰਵਾਜ਼ੇ ਤੇ ਆਈ ਤਾਂ ਉਹ ਦਰਵਾਜ਼ੇ 'ਤੇ ਖੜਾ ਸੀ ਖੂਨ ਨਾਲ ਲਥਪਥ ਸੀ ਅਤੇ ਉਹਨੇ ਆਪਣੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੋਈ ਸੀ ਹੁਣ ਘਰ ਦੀ ਐਨ ਸਾਹਮਣੇ ਵਾਲੀ ਫਲੋਰ ਦੇ ਵਿੱਚੋਂ ਹੀ 90 ਵਰਿਆਂ ਦੀ ਬਜ਼ੁਰਗ ਮਾਂ ਕਤਲ ਕੀਤੀ ਖੂਨ ਨਾਲ ਲਥਪਥ Laash ਮਿਲੀ ਜਦੋਂ ਦੂਸਰੀ ਫਲੋਰ ਤੇ ਘਰ ਦੀ ਤੇ ਗਏ ਦੂਸਰੀ ਮੰਜ਼ਲ ਤੇ ਪੁਲਿਸ ਗਈ ਤਾਂ ਉੱਥੇ ਉਸਦੀ ਘਰ ਵਾਲੇ ਜਸਪਾਲ ਕੌਰ ਦੀ ਖੂਨ ਨਾਲ ਲਥਪਥ Laash ਪਈ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਦਾਲਤੀ ਪੇਸ਼ੀ ਹੋ ਗਈ ਹੈ ਵਕੀਲ ਨੇ ਆਖਿਆ ਸੀ ਕਿ ਜ਼ਮਾਨਤ ਦੇ ਦਿੱਤੀ ਜਾਵੇ ਪਰ ਉਸ ਨੂੰ ਜ਼ਮਾਨਤ ਹਲੇ ਨਹੀਂ ਮਿਲੀ ਹੁਣ ਕਤਲ ਦਾ ਮੁਕੱਦਮਾ ਫੋਨ ਦੇ ਉੱਤੇ ਇਕਬਾਲੀਆ ਜ਼ੁਰਮ ਵੀ ਇਕਬਾਲ ਕਰ ਲਿਆ ਕਿ ਮੈਂ ਦੋਵਾਂ ਨੂੰ ਕਤਲ ਕੀਤਾ ਹੁਣ ਪਤਾ ਲੱਗਿਆ ਕਿ ਥੋੜਾ ਬਹੁਤ ਡਿਪਰੈਸ਼ਨ ਵਿੱਚ ਵੀ ਸੀ ਤੇ ਉਹਦੀ ਦਵਾਈ ਵੀ ਖਾ ਰਿਹਾ ਸੀ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਤੇ ਅਜੀਬ ਗੱਲ ਹੈ ਕਿ ਆਪਣੀ ਘਰ ਵਾਲੀ ਨੂੰ ਤੇ ਮਾਂ ਨੂੰ ਕਤਲ ਕੀਤਾ ਤੇ ਕਿਉਂ ਕੀਤਾ ਅੱਗੇ ਚੱਲ ਕੇ ਮੁਕੱਦਮਾ ਕਿਹੜਾ ਮੋੜ ਲਵੇਗਾ ਕਈ ਵਾਰੀ ਹੁੰਦਾ ਹੈ ਕਿ ਡਿਪਰੈਸ਼ਨ ਵਿੱਚ ਸੀ ਪਤਾ ਹੀ ਨਹੀਂ ਜੀ ਲੱਗਿਆ ਹੁਣ ਇਹ ਕੰਮ ਵਕੀਲਾਂ ਦਾ ਹੈ ਕਿ ਕਾਨੂੰਨ ਦੇ ਸਾਹਮਣੇ ਕਿਹੋ ਜੀਆਂ ਦਲੀਲਾਂ ਪੇਸ਼ ਕਰਨੀਆਂ ਨੇ ਪਰ ਉਹਨੇ ਆਪਣੀ ਘਰ ਵਾਲੀ ਤੇ ਮਾਂ ਦੀ ਜਾਨ ਲੈ ਲਈ ਐ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਖਬਰ ਮਨੀਲਾ ਦੇ ਵਿੱਚੋਂ ਵੱਲ ਰਹੀ ਐ ਮਨੀਲਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਉਹ ਨੇ ਜਿਹੜੇ ਉੱਥੇ ਜਾ ਕੇ ਫਾਈਨਾਂਸ ਦਾ ਕੰਮ ਕਰਦੇ ਐ ਇਸੇ ਤਰ੍ਹਾਂ 25 ਵਰਿਆਂ ਦਾ ਹਾਲੇ ਕੁਆਰਾ ਨੌਜਵਾਨ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟੁੱਡੀ ਸੀ ਇੱਥੋਂ ਦਾ ਰਹਿਣ ਵਾਲਾ ਨੌਜਵਾਨ ਉੱਥੇ ਫਾਇਨਾਂਸ ਦਾ ਹੀ ਕਾਰੋਬਾਰ ਕਰਦਾ ਸੀ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਕੁਝ ਨਕਦੀ ਲੈ ਕੇ ਕੁਝ ਪੈਸੇ ਲੈ ਕੇ ਆਪਣੇ ਦਫ਼ਤਰ ਨੂੰ ਆਪਣੇ ਕੰਮ ਤੇ ਜਾ ਰਿਹਾ ਸੀ ਅਣਪਛਾਤੇ ਵਿਅਕਤੀ ਨੇ ਉਸਤੇ ਗੋਲੀਆਂ ਵਾਰੀਆਂ ਸਿਰਫ ਇਹੀ ਨਹੀਂ ਕਿ ਲਵਪ੍ਰੀਤ ਨੂੰ ਜਾਨ ਤੋਂ ਜਹਾਨ ਤੋਂ ਤੋੜ ਗਿਆ ਜਾਨ ਤੋਂ ਮਾਰ ਗਿਆ ਉੱਥੇ ਇੱਕ ਪੁਲਿਸ ਵਾਲੇ ਨੇ ਲਵਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੌਕਾਤਲ ਦੇ ਹੌਸਲੇ ਦੇਖੋ ਕਿ ਕਿੰਨੇ ਬਲੰਦ ਨੇ ਉਸ ਵਿਅਕਤੀ ਨੇ ਜਿਹਨੇ ਲਵਪ੍ਰੀਤ ਦੀ ਜਾਨ ਲਈ ਹੈ ਉਸੇ ਵਿਅਕਤੀ ਨੇ ਪੁਲਿਸ ਵਾਲੇ ਤੇ ਵੀ ਵਾਰ ਕੀਤਾ ਪੁਲਿਸ ਵਾਲੇ ਤੇ ਵੀ ਗੋਲੀਆਂ ਚਲਾਈਆਂ ਜਿੱਥੇ ਲਵਪ੍ਰੀਤ ਦੀ ਇਸ ਦੁਰਘਟਨਾ ਵਿੱਚ ਜਾਨ ਗਈ ਉੱਥੇ ਇੱਕ ਪੁਲਿਸ ਵਾਲੇ ਦੀ ਵੀ ਇਸ ਦੁਰਘਟਨਾ ਦੇ ਵਿੱਚ ਜਾਨ ਜਾਂਦੀ ਰਹੀ ਹੈ ਹੁਣ ਲਵਪ੍ਰੀਤ ਦਾ ਪਰਿਵਾਰ ਰੋ ਰਿਹਾ ਤਾਂ ਹਾਂ ਮਾਰ ਰਿਹਾ ਹੈ ਕਿਉਂਕਿ ਉਸ ਨੌਜਵਾਨ ਤੋਂ ਬਹੁਤ ਸਾਰੀਆਂ ਆਸਾਂ ਹੁਣੀਆਂ ਮਾਪਿਆਂ ਨੂੰ ਉਮੀਦਾਂ ਹੋਣਗੀਆਂ ਹਰ ਇੱਕ ਪੁੱਤਰ ਜਿਹੜਾ ਵਿਦੇਸ਼ ਦੀ ਧਰਤੀ ਤੇ ਗਿਆ ਬਹੁਤ ਸਾਰੇ ਸੁਪਨੇ ਆਪ ਵੀ ਲੈ ਕੇ ਆਉਂਦਾ ਮਾਪਿਆਂ ਦੇ ਵੀ ਸੁਪਨੇ ਹੁੰਦੇ ਨੇ ਪਰ ਹੁਣ ਉਹ ਸੁਪਨੇ ਸਾਰੇ ਚੱਕਨਾ ਚੂਰ ਹੋ ਗਏ ਨੇ ਕੁੱਪ ਹਨੇਰਾ ਹੁਣ ਤੱਕ ਤਾਂ ਮਾਪਿਆਂ ਨੂੰ ਭੈਣ ਭਰਾਵਾਂ ਨੂੰ ਉਡੀਕ ਸੀ ਕਿ ਲਾਪ੍ਰੀਤ ਵਾਪਸ ਆਵੇਗਾ ਛੁੱਟੀ ਕੱਟੇਗਾ ਸਾਡੇ ਵਾਸਤੇ ਕੁਝ ਲੈ ਕੇ ਆਵੇਗਾ ਅੱਜ ਫੋਨ ਆਵੇਗਾ ਅੱਜ ਵੀਡੀਓ ਕਾਲ ਹੋਏਗੀ ਪਰ ਹੁਣ ਮਾਪੇ ਸਿਰਫ ਤੇ ਸਿਰਫ ਇੱਕ ਉਡੀਕ ਵਿੱਚ ਨੇ ਸਰਕਾਰ ਨੂੰ ਫਰਿਆਦ ਕਰ ਰਹੇ ਨੇ ਕਿ ਉਹਨਾਂ ਦੇ ਨੌਜਵਾਨ ਪੁੱਤਰ ਦੀ ਲਾਸ਼ ਦਾ ਪ੍ਰਬੰਧ ਕੀਤਾ ਜਾਵੇ ਕਿ ਛੇਤੀ ਤੋਂ ਛੇਤੀ ਉਹਨਾਂ ਦੇ ਪਿੰਡ ਉਹਨਾਂ ਦੇ ਪਰਿਵਾਰ ਕੋਲ ਪੁੱਜਦੀ ਕੀਤੀ ਜਾਵੇ ਪਰਿਵਾਰ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਚੁੱਕਿਆ ਆਪਣੇ ਆਪ ਦੇ ਵਿੱਚ ਮੰਦਭਾਗੀ ਘਟਨਾ ਅਪੀਲ ਕਰਦੇ ਆਂ ਤੇ ਨਾਲ ਅਰਦਾਸ ਵੀ ਕਰਦੇ ਆ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵੀ ਬਖਸ਼ੇ ਅਗਲੀ ਖਬਰ ਜਿਹੜੀ ਇੱਕ ਬਹੁਤ ਦਰਦਨਾਕ ਖਬਰ ਹੈ ਸਾਡੀ ਮਾਨਸਿਕਤਾ ਕਿੱਧਰ ਨੂੰ ਤੁਰ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਕਸੂਰਵਾਰ ਏ ਆ ਜਾਂ ਕਸੂਰਵਾਰ ਬੀ ਆ ਜਾਂ ਕਸੂਰਵਾਰ ਸੀ ਆ ਪਰ ਜੇ ਕਿਤੇ ਅੱਗ ਲੱਗਦੀ ਹੈ ਧੂਆ ਤਾਂ ਫੇਰ ਹੀ ਨਿਕਲਦਾ ਹੈ ਰੋਪੜ ਦੇ ਵਿੱਚੋਂ ਖਬਰ ਮਿਲ ਰਹੀ ਹੈ ਪਹਿਲਾਂ ਬੀਤੇ ਅਗਸਤ ਮਹੀਨੇ ਇਸੇ ਹੀ ਅਗਸਤ ਮਹੀਨੇ ਬੀਤੇ ਵੀ ਕਿਉਂ ਇਸੇ ਹੀ ਅਗਸਤ ਮਹੀਨੇ ਦੀ 14 ਤਰੀਕ ਨੂੰ ਸ਼੍ਰੀ ਮੁਕਸਰ ਸਾਹਿਬ ਦੇ ਵਿੱਚੋਂ ਖਬਰ ਮਿਲੀ ਸੀ ਫਿਰ ਅੰਮ੍ਰਿਤਸਰ ਦੇ ਵਿੱਚੋਂ ਇਸੇ ਤਰ੍ਹਾਂ ਦੀ ਖਬਰ ਮਿਲੀ ਸੀ ਆ 25 ਤੇ 26 ਅਗਸਤ ਦੀ ਦਰਮਿਆਨੀ ਰਾਤ ਨੂੰ ਇੱਕ ਬਜ਼ੁਰਗ ਮਾਤਾ ਜੀ ਜਿਸ ਨੇ ਆਪਣਾ ਨਾਮ ਕਲਪਨਾ ਦੱਸਿਆ ਸੀ ਰੋਪੜ ਮਨਾਲੀ ਹਾਈਵੇ ਨੰਬਰ 205 ਤੇ ਪਏ ਸਨ ਪਤਾ ਲੱਗਿਆ ਸੀ ਕਿ ਉੱਥੇ ਉਹਨਾਂ ਨੂੰ ਏਸ ਕਰਕੇ ਛੁੱਟ ਦਿੱਤਾ ਗਿਆ ਕਿ ਸ਼ਾਇਦ ਲੋਕਾਂ ਨੂੰ ਹਾਦਸਾ ਲੱਗੂਗਾ ਕਿ ਹਾਦਸਾ ਹੋਇਆ ਪਰ ਇੱਕ ਇਨਸਾਨੀਅਤ ਸੰਸਥਾ ਹੈ ਉਸ ਸੰਸਥਾ ਨੇ ਪੁਲਿਸ ਦੀ ਮਦਦ ਦੇ ਨਾਲ ਇਸ ਮਾਤਾ ਨੂੰ ਉਸ ਹਾਈਵੇ ਤੋਂ ਚੁੱਕਿਆ ਸੀ ਤੇ ਰੋਪੜ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਸੀ ਮਾਤਾ ਜੀ ਨੇ ਜਿੱਥੇ ਆਪਣਾ ਨਾਮ ਦੱਸਿਆ ਸੀ ਉੱਥੇ ਉਹਨਾਂ ਨੇ ਦੱਸਿਆ ਸੀ ਕਿ ਮੇਰੀ ਵੱਡੀ ਨੂੰਹ ਕਿਰਨ ਤੇ ਵੱਡਾ ਪੁੱਤਰ ਰਾਜੂ ਮੈਨੂੰ ਘੁੱਟ ਦੇ ਮਾਰਦੇ ਵੀ ਐ ਮੈਨੂੰ ਵੀ ਘਰੋਂ ਵੀ ਕੱਢਿਆ ਮੈਨੂੰ ਰਾਤ ਦੇ ਹਨੇਰੇ ਵਿੱਚ ਆ ਹਾਈਵੇ ਤੇ ਸੁੱਟ ਕੇ ਆਪ ਫਰਾਰ ਹੋ ਗਏ ਐ ਇਹਦੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖਤ ਨੋਟਸ ਲਿਆਤੀ ਤੇ ਐਸਐਸਪੀ ਰੋਪੜ ਨੂੰ ਆਖ ਦਿੱਤਾ ਸੀ ਕਿ ਬਣਦੀ ਠੋਕ ਕੇ ਕਾਰਵਾਈ ਕਰੋ ਮਕਦਮਾ ਦਰਜ ਹੋ ਗਿਆ ਸੀ ਪਰ ਹੁਣ ਜਦੋਂ ਮਕਦਮਾ ਦਰਜ ਹੋ ਗਿਆ ਤੇ ਹੁਣ ਪੱਤਰਕਾਰਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਸ ਔਰਤ ਤੇ ਦੋਵੇਂ ਪੁੱਤ ਤੇ ਨੂੰ ਆ ਗਏ ਐ ਦੋਵੇਂ ਪੁੱਤਾਂ ਦਾ ਵੀ ਰੋ ਰੋਬਰਾ ਹਾਲ ਸੀ ਤੇ ਨੂੰ ਨੂੰ ਵੀ ਰੋ ਰਹੀ ਸੀ ਹੁਣ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਤਾਂ ਕੋਈ ਮਾਮਲਾ ਹੀ ਹੈ ਨਹੀਂ ਉਹਨਾਂ ਨੇ ਕਾਗਜ਼ ਪੱਤਰ ਵੀ ਦਿਖਾਇਆ ਜਿਹੜੀ ਇੱਕ ਮਾਂ ਦੋਸ਼ ਲਾ ਰਹੀ ਸੀ ਮੇਰਾ ਇੱਕ ਪਲਾਟ ਆ ਉਹਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਆਹ ਪਿਆ ਪਲਾਟ ਦੇ ਪੇਪਰ ਇਹ ਪਲਾਟ ਸਾਡਾ ਅਸੀਂ ਉਹਨੂੰ ਇਹ ਕਹ ਰਿਹਾ ਕਿ ਤੁਸੀਂ ਇਹਦੇ ਤੇ ਕਬਜ਼ਾ ਕੀਤਾ ਹੈ ਪਲਾਟ ਸਾਨੂੰ ਦਿਓ ਤਾਂ ਕਿ ਅਸੀਂ ਇੱਥੇ ਰਹਿਣ ਵਾਸਤੇ ਆਪਣਾ ਪ੍ਰਬੰਧ ਕਰ ਸਕੀਏ ਮਕਾਨ ਬਣਾ ਸਕੀਏ ਅਸੀਂ ਤੇ ਆਪਣੇ ਪਲਾਟ ਦੀ ਮੰਗ ਕਰ ਰਹੇ ਹਾਂ ਦੂਸਰੀ ਉਹ ਕਹਿੰਦੇ ਮਾਂ ਨੇ ਆਖਿਆ ਕਿ ਉੱਥੇ ਕਿ ਸਾਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਉਹ ਕਹਿੰਦੇ ਆਹ ਦੇਖੋ ਵੀਡੀਓ ਪੱਥਰ ਦੇਖੋ ਕਿ ਮਾਤਾ ਮਾਰ ਕਿਹਦੇ ਰਹੀ ਹੈ ਅਸੀਂ ਉਹਦੇ ਮਾਰ ਰਹੇ ਹਾਂ ਜਾਂ ਉਹ ਸਾਡੇ ਮਾਰ ਰਹੀ ਹੈ ਉਹ ਕਹਿੰਦੇ ਅੱਗੇ ਵੀ ਅਸੀਂ ਮਾਂ ਨੂੰ ਰੋਕਦੇ ਸੀ ਕਿ ਇੰਜ ਕਲੇਸ਼ ਚੰਗਾ ਨਹੀਂ ਉਹ ਕਹਿੰਦੇ ਅੱਗੇ ਵੀ ਕਈ ਵਾਰੀ ਰਾਤ ਨੂੰ ਕੰਦ ਟੱਪ ਕੇ ਚਲੇ ਜਾਂਦੀ ਸੀ ਹੁਣ ਪਤਾ ਨਹੀਂ ਕਿ ਮਾਂ ਕਾਂ ਦਾ ਟੱਪਣ ਚ ਕਿੰਨੀ ਕਮਹਾਰਤਾ ਰੱਖੀ ਹੋਈ ਹੈ ਬਜ਼ੁਰਗ ਵਿਅਕਤੀ ਨੂੰ ਤੇ ਲੰਘਣਾ ਔਖਾ ਹੋ ਜਾਂਦਾ ਪਰ ਇਹ ਉਸਤੇ ਪੁੱਤ ਤੇ ਨੂੰਹ ਦੱਸ ਰਹੇ ਨੇ ਹੁਣ ਉਹ ਕਹਿੰਦੇ ਕਹਿੰਦੇ ਜਾਣ ਤੋਂ ਪਹਿਲਾਂ ਕਹਿੰਦੇ ਸਾਡੀ ਧੀ ਨੇ ਸਕੂਟਰੀ ਲਿਆ ਕੇ ਖੜੀ ਕੀਤੀ ਉਸ ਸਕੂਟਰੀ ਖੜੀ ਕਰਨ ਨੂੰ ਰੋਲਾ ਪਿਆ ਉਹਦੀ ਨੂੰਹ ਨੇ ਦੱਸਿਆ ਕਹਿੰਦੀ ਮੈਂ ਆਪਣੀ ਧੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਪੁੱਤ ਬਜ਼ੁਰਗ ਨੇ ਮੰਨ ਲਿਆ ਤੇ ਗਲੀ ਦੇ ਵਿੱਚ ਸਕੂਟਰੀ ਖੜੀ ਕਰਿਆ ਜੇ ਇਹ ਕਹਿੰਦੇ ਨੇ ਕਿ ਮੈਨੂੰ ਸਕੂਟਰੀ ਅੱਖਾਂ ਦੇ ਸਾਹਮਣੇ ਨਜ਼ਰ ਨਹੀਂ ਆਉਣੀ ਚਾਹੀਦੀ ਉਹ ਕਹਿੰਦੇ ਉਹੀ ਪੱਥਰ ਚੁੱਕ ਕੇ ਮੇਰੀ ਧੀ ਦੇ ਵੀ ਮਾਰ ਰਹੇ ਨੇ ਤੁਸੀਂ ਵੀਡੀਓ ਚ ਦੇਖੋ ਉਹਦੇ ਤੋਂ ਬਾਅਦ ਰਾਧੂ ਨੇ ਵੀ ਕਿਹਾ ਕਿ ਕਿਰਨ ਨੇ ਵੀ ਕਿਹਾ ਕਿ ਜਿਹੜਾ ਮਸਲਾ ਜਾਂ ਮਾਮਲਾ ਬਣਾ ਕੇ ਪੇਸ਼ ਕਰ ਦਿੱਤਾ ਗਿਆ ਇਸ ਤਰ੍ਹਾਂ ਦਾ ਮਸਲਾ ਕੋਈ ਦੀ ਨਾ ਕਰੀ ਐ ਸਿਉ ਉਸ ਨੂੰ ਕੁੱਟਿਆ ਸਿਕੋ ਸਾਨੂੰ ਕੁੱਟਦੀ ਸੀ ਨਾ ਸੀ ਉਹਦੇ ਕੋਈ ਪਲਾਟ ਹੜੱਪਣ ਦੀ ਕੋਸ਼ਿਸ਼ ਕੀਤੀ ਐ ਸਿਕੋ ਸਾਡਾ ਪਲਾਟ ਦੱਬਿਆ ਹੋਇਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਮੁਕੱਦਮਾ ਸਾਡੇ ਤੇ ਦਰਜ ਕਰ ਦਿੱਤਾ ਗਿਆ ਦਰਅਸਲ ਝੂਠਾ ਏ ਠੀਕ ਐ ਉਹ ਕਹਿੰਦੇ ਕੋਈ ਵੀ ਜ਼ਮੀਨੀ ਹਕੀਕਤ ਇਹਦੇ ਵਿੱਚ ਹੈ ਨਹੀਂ ਜਿਹੜੇ ਇਲਜ਼ਾਮ ਲਾਇਆ ਗਏ ਨੇ ਬੇਬੁਨਿਆਦ ਨੇ ਝੂਠੇ ਨੇ ਉਹ ਕਹਿੰਦੇ ਇਹਦੀ ਤਫਦੀਸ਼ ਕੀਤੀ ਜਾਵੇ ਤਹਿਕੀਕਾਤ ਕੀਤੀ ਜਾਵੇ ਜੇ ਅਸੀਂ ਕਸੂਰਵਾਰ ਹੋਏ ਸਾਨੂੰ ਬਣਦੀ ਸਜ਼ਾ ਦਿੱਤੀ ਜਾਵੇ ਹੁਣ ਇਸ ਮਾਮਲੇ ਨੂੰ ਕਿੰਨੀ ਕੁ ਗੌਰ ਨਾਲ ਕਿੰਨੀ ਕੁ ਗੌਰ ਨਾਲ ਵਿਚਾਰਿਆ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਦੇ ਵਿੱਚ ਹਾਲੇ ਪਰਤਾਂ ਹੋਰ ਖੁੱਲਣਗੀਆਂ ਹੁਣ ਦੂਸਰਾ ਪੱਖ ਕੀ ਕਹਿੰਦਾ ਜਿਹੜੀ ਵੀ ਅਪਡੇਟ ਹੋਈ ਉਹ ਤੁਹਾਡੇ ਨਾਲ ਖਬਰ ਜ਼ਰੂਰ ਸਾਂਝੀ ਕਰਾਂਗਾ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਟਿਆਲਾ ਤੋਂ ਖਬਰ ਮਿਲ ਰਹੀ ਹੈ ਕਿ ਪਟਿਆਲਾ ਦੇ ਵਿੱਚ ਬੀਤੇ ਮੰਗਲਵਾਰ ਨੂੰ ਜਿਹੜਾ ਬਿਜਲੀ ਬੋਰਡ ਦਾ ਵਿਭਾਗ ਹੈ ਬਿਜਲੀ ਵਾਲਿਆਂ ਨੇ ਉਹ ਕਹਿੰਦੇ ਸਾਨੂੰ ਉੱਪਰੋਂ ਮੈਨੇਜਮੈਂਟ ਦੇ ਹੁਕਮ ਆਇਆ ਕਿ ਜਿਹੜੇ ਡਿਫਾਲਟਰ ਨੇ ਜਿਹੜੇ ਬਿੱਲ ਨਹੀਂ ਭਰ ਰਹੇ ਉਹ ਭਾਵੇਂ ਕੋਈ ਵੀ ਹੈ ਉਹਨਾਂ ਦੇ ਕਨੈਕਸ਼ਨ ਕੱਟ ਦਿਓ ਉਹ ਕਹਿੰਦੇ ਕੁਝ ਡਿਫਾਲਟਰ ਲੋਕ ਸੀ ਤੇ ਚਾਰ ਥਾਣੇ ਸੀ ਅਸੀਂ ਸਾਰਿਆਂ ਦੇ ਕਨੈਕਸ਼ਨ ਕੱਟੇ ਕਨੈਕਸ਼ਨ ਕੱਟਣ ਤੋਂ ਬਾਅਦ ਕਹਿੰਦੇ ਅਸੀਂ ਦੂਸਰੇ ਦਿਨ ਕੀ ਦੇਖਦੇ ਆ ਜਿਹੜਾ ਸਾਡਾ ਹੈੱਡ ਆਫਿਸ ਹੈ ਉਹਦੇ ਬਿਲਕੁਲ ਬਾਹਰ ਪੁਲਿਸ ਵਾਲਿਆਂ ਨੇ ਆ ਕੇ ਨਾਕਰ ਆ ਲਿਆ ਜਿਹੜਾ ਵੀ ਵਿਅਕਤੀ ਆਵੇ ਪੁੱਛਣ ਕਿੱਥੇ ਚੱਲੇ ਆਂ ਹਾਂਜੀ ਬਿਜਲੀ ਬੋਰਡ ਤੇ ਚੱਲੇ ਆ ਆ ਜਾ ਕੱਢ ਕਾਗਜ਼ ਪੱਤਰ ਭਾਵੇਂ ਕਿਸੇ ਕੋਲ ਸਕੂਟਰ ਸੀ ਭਾਵੇਂ ਕਿਸੇ ਕੋਲ ਕਾਰ ਸੀ ਭਾਵੇਂ ਕਿਸੇ ਕੋਲ ਮੋਟਰਸਾਈਕਲ ਸੀ ਕਹਿੰਦੇ ਧੜਾ ਧੜ ਚਲਾਨ ਕੱਟੀ ਗਏ ਸਿਰਫ ਇੱਥੇ ਹੀ ਖੜ ਕੇ ਚਲਾਨ ਨਹੀਂ ਕੱਟੇ ਉਹ ਕਹਿੰਦੇ ਜਿਹੜੀ ਇੱਕ ਹੋਰ ਕਲੋਨੀ ਵੱਜਦੀ ਹੈ ਉਸ ਰੈਜ਼ਿਡੈਂਸ ਕਲੋਨੀ ਦੇ ਬਾਹਰ ਵੀ ਜਾ ਕੇ ਉਹਨਾਂ ਨੇ ਇਸੇ ਤਰੀਕੇ ਨਾਕਾ ਲਾਇਆ ਕਿਉਂਕਿ ਸ਼ਾਇਦ ਉਹਨਾਂ ਨੂੰ ਪਤਾ ਹੋਣਾ ਹੈ ਕਿ ਇਹ ਬਹੁਤੇ ਲੋਕ ਕਿਸ ਕਲੋਨੀ ਵਿੱਚ ਰਹਿਣ ਵਾਲੇ ਨੇ ਕਹਿੰਦੇ ਉੱਥੇ ਵੀ ਧੜਾ ਧੜ ਇਸੇ ਤਰ੍ਹਾਂ ਚਲਾਨ ਕੱਟੇ ਗਏ ਹੁਣ ਜਿਹੜੇ ਇਹ ਬੈਕਮੇ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਗੁਹਾਰ ਲਾਈ ਹੈ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਇਹਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਦਾ ਚਲਾਨ ਨਹੀਂ ਅਸੀਂ ਕਿਸੇ ਦਾ ਕਨੈਕਸ਼ਨ ਨਹੀਂ ਕੱਟ ਸਕਦੇ ਭਾਵੇਂ ਡਿਫਾਲਟਰ ਵੀ ਹੋਵੇ ਹੁਣ ਜਦੋਂ ਇਹ ਸੰਬਸਲੇ ਦੀ ਦੂਸਰੇ ਪਾਸੇ ਡੀਐਸਪੀ ਸਿਟੀ ਨਾਲ ਗੱਲਬਾਤ ਕੀਤੀ ਗਈ ਵੀ ਆਹ ਕੀ ਹੋਇਆ ਇਹ ਬਦਲਾਵੂ ਕਾਰਵਾਈ ਹੋਈ ਹੈ ਉਹ ਕਹਿੰਦੇ ਬਿਲਕੁਲ ਗਲਤ ਹੈ ਕੋਈ ਬਦਲਾਵੂ ਕਾਰਵਾਈ ਨਹੀਂ ਉਹ ਕਹਿੰਦੇ ਅਸੀਂ ਰੁਟੀਨ ਦਾ ਨਾਕਾ ਲਾਇਆ ਹੈ ਅਸੀਂ ਰੁਟੀਨ ਦਾ ਨਾਕਾ ਲਾ ਕੇ ਚੈੱਕ ਕਰ ਰਹੇ ਸੀ ਇਹ ਬੰਦਿਆਂ ਕੋਲ ਤੇ ਕਾਗਜ਼ ਪੱਤਰ ਪੂਰੇ ਨਹੀਂ ਸੀ ਪਰ ਬਿਜਲੀ ਬੋਰਡ ਵਾਲਾ ਨੇ ਇਹ ਦੱਸਿਆ ਕਿ ਸਾਡੇ ਵਿੱਚੋਂ ਬਹੁਤਿਆਂ ਦੇ ਜਿਹੜੇ ਚਲਾਨ ਕੱਟੇ ਗਏ ਨੇ ਉਹ ਪ੍ਰਦੂਸ਼ਣ ਦੇ ਚਲਾਨ ਕੱਟੇ ਗਏ ਨੇ ਹੁਣ ਡੀਐਸਪੀ ਸਾਹਿਬ ਕਹਿੰਦੇ ਕਹਿੰਦੇ ਜਦ ਕਾਗਜ਼ ਪੱਤਰ ਪੂਰੇ ਨਹੀਂ ਸੀ ਚਲਾਨ ਤਾਂ ਕੱਟਨੇ ਬਣਦੇ ਸੀ ਪਰ ਜੀ ਉਹ ਕਹਿੰਦੇ ਇਹ ਕਾਹੇ ਰਹੇ ਨੇ ਕਿ ਬਾਦਲਾ ਲੋ ਕਾਰਵਾਈਆਂ ਤਾਂ ਇਹ ਦੋਸ਼ ਬੇਬੁਨਿਆਦ ਝੂਠੇ ਨਹੀਂ ਪਰ ਇਹ ਪਹਿਲੀ ਵਾਰੀ ਨਹੀਂ ਹੋਇਆ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਸੀ ਇੱਕ ਜਈ ਕਿਸੇ ਦਾ ਚਲਾਨ ਕੱਟਿਆ ਆ ਦੂਸਰੇ ਦਿਨ ਉਸ ਚੁੱਕ ਕੇ ਲੈ ਗਈ ਸੀ ਥਾਣੇ 'ਚ ਕਹਿੰਦੇ ਆ ਜਾ ਤਰਤੇ ਮੁਕਦਮਾ ਦਰਜ ਕਰ ਲਿਆ ਇਹ ਕਾਰਵਾਈਆਂ ਪਹਿਲਾਂ ਵੀ ਨਾਜ਼ਰ ਵਿੱਚ ਆਉਂਦੀਆਂ ਰਹੀਆਂ ਨੇ ਤੇ ਆ ਇੱਕ ਤਾਜ਼ਾ ਘਟਨਾ ਪਟਿਆਲੇ ਦੇ ਵਿੱਚੋਂ ਮਿਲੀ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਕਾਫੀ ਦਿਲਚਸਪੀ ਹੈ ਹਰਨ ਨਹੀਂ ਜਾਣਕਵੀ ਹੈ ਅਸਲ ਦੇ ਵਿੱਚ ਚੰਡੀਗੜ੍ਹ ਰੋਡ ਤੇ ਲੁਧਿਆਣਾ ਦੇ ਵਿੱਚ 40 ਹਸਪਤਾਲ ਦੇ ਬਿਲਕੁਲ ਨੇੜੇ ਇੱਕ ਵਿਅਕਤੀ ਲਗਭਗ ਸਵੇਰ ਦੇ 8 ਵਜੇ ਕੱਲ ਬੱਸ ਤੋਂ ਉਤਰਦਾ ਬੱਸ ਤੋਂ ਉਤਰ ਕੇ ਹੰਗਾਮਾ ਖੜਾ ਕਰ ਦਿੰਦਾ ਰੌਲਾ ਪਾਉਣ ਲੱਗ ਪੈਂਦਾ ਤੇ ਲੋਕ ਇਕੱਠੇ ਹੋ ਗਏ ਉਹ ਕਹਿੰਦੇ ਦੱਸ ਭਾਈ ਕੀ ਸਮੱਸਿਆ ਉਹ ਕਹਿੰਦਾ ਮੇਰੇ ਬੱਚੇ ਮੇਰੇ ਨਾਲ ਸੀ ਲੋ ਆ ਗਟਰ ਦੇ ਵਿੱਚ ਡਿੱਗ ਪਏ ਆ ਹੁਣ ਲੋਕਾਂ ਨੇ ਕਿਹਾ ਕਿ ਛੇਤੀ ਛੇਤੀ ਕਢੀਏ ਕਾਫੀ ਜ਼ਿਆਦਾ ਇਕੱਠ ਹੋ ਗਿਆ ਲੋਕਾਂ ਨੇ ਨਹੀਂ ਦੇਖਿਆ ਕਿ ਫਿਜ਼ੀਕਲ ਡਿਸਟੈਂਸਿੰਗ ਰੱਖਣੀ ਉਹਨਾਂ ਨੇ ਕਿਹਾ ਕਿ ਬੱਚਿਆਂ ਦੀਆਂ ਜਾਨਾਂ ਬਚਾਉਣ ਦੀ ਤੁਰੰਤ ਜ਼ਰੂਰਤ ਹੈ ਫੌਰੀ ਤੌਰ ਤੇ ਜਿੰਨਾ ਕਾਰਵਾਈ ਉਹਨਾਂ ਤੋਂ ਪੈਂਦੀ ਉਹਨਾਂ ਨੇ ਪਾਈ 2-3 ਘੰਟੇ ਉੱਥੇ ਹੰਗਾਮਾ ਹੁੰਦਾ ਰਿਹਾ ਰੌਲਾ ਪੈਂਦਾ ਰਿਹਾ ਲੋਕ ਬੱਚਿਆਂ ਨੂੰ ਗਟਰ ਚੋਂ ਲੱਭਦੇ ਰਹੇ ਜਦੋਂ ਉਹਨਾਂ ਨੂੰ ਲੱਗਿਆ ਕਿ ਆਪਣੇ ਤੋਂ ਗੱਲ ਬਣਨੀ ਨਹੀਂ ਥਾਣਾ ਫੋਕਲ ਪੁਆਇੰਟ ਵਾਲਿਆਂ ਨੂੰ ਲੋਕਾਂ ਨੇ ਸੂਚਿਤ ਕਰ ਦਿੱਤਾ ਤੇ ਉਹ ਆ ਗਏ ਉਹਨਾਂ ਨੇ ਵੀ ਜਿਹੜੀ ਕਾਰਵਾਈ ਕਰ ਸਕਦੇ ਸੀ ਕੀਤੀ ਜਦੋਂ ਦੇਖਿਆ ਕਿ ਗੱਲ ਬਣਦੀ ਨਹੀਂ ਉਹਨਾਂ ਨੇ ਫਿਰ ਨਗਰ ਨਿਗਮ ਨੂੰ ਇਤਲਾਹ ਕਰ ਦਿੱਤੀ ਕਿ ਭਾਈ ਦੋ ਬੱਚੇ ਫਲਾਣੇ ਥਾਂ ਤੇ ਗਟਰ ਦੇ ਵਿੱਚ ਡਿੱਗ ਪਏ ਛੇਤੀ ਫੌਰੀ ਆਓ ਤਾਂ ਕਿ ਆਪਾਂ ਬੱਚਿਆਂ ਨੂੰ ਕੱਢ ਸਕੀਏ ਹੁਣ ਉਹਦੇ ਤੋਂ ਬਾਅਦ ਨਗਰ ਨਿਗਮ ਦੇ ਸਫਾਈ ਕਰਮਚਾਰੀ ਕਈ ਆਏ ਉਸ ਥਾਂ ਦੇ ਉੱਤੇ ਗਟਰ ਦੇ ਵਿੱਚ ਉੱਥੇ ਤਲਾਸ਼ ਕਰਦੇ ਰਹੇ ਆਲੇ-ਦੁਆਲੇ ਜਾ ਕੇ ਵੇਖਿਆ ਬੱਚੇ ਕਿਤਨਾ ਨਹੀਂ ਬੇ ਹੁਣ ਨਗਰ ਨਿਗਮ ਨੇ ਸੋਚਿਆ ਕਿ ਹੋ ਸਕਦਾ ਬੱਚੇ ਕਿਤੇ ਡੂੰਘੇ ਚਲੇ ਗਏ ਹੋਣ ਜੀਸੀਬੀ ਮਸ਼ੀਨਾਂ ਮੰਗਾ ਲਈਆਂ ਗਟਰ ਨੂੰ ਪੁੱਟਣ ਲੱਗ ਪਏ ਤੇ 5 ਫੁੱਟ ਡੂੰਘਾਈ ਤੱਕ ਪੁੱਟਦੇ ਪੁੱਟਦੇ ਚਲੇ ਗਏ ਹੁਣ ਜੇ ਉੱਥੇ ਬੱਚੇ ਹੁਣ ਫਿਰ ਤਾਂ ਲੱਭਣ ਜਦੋਂ ਸਫਾਈ ਸੇਵਕਾਂ ਨੂੰ ਨਹੀਂ ਲੱਭੇ ਜਦੋਂ ਲੋਕ 2-3 ਘੰਟੇ ਰਹੀ ਲੱਗੇ ਉਹਨਾਂ ਨੂੰ ਨਹੀਂ ਲੱਭੇ ਮਸ਼ੀਨ ਦੇ ਪੁੱਟਣ ਤੋਂ ਬਾਅਦ ਕੋਈ ਸੁਰਾਗ ਨਾ ਮਿਲਿਆ ਪੁਲਿਸ ਵਾਲੇ ਕਹਿੰਦੇ ਹੁਣ ਇੰਜ ਕਰਦੇ ਆ ਇਸ ਵਿਅਕਤੀ ਨੂੰ ਜਿਹੜਾ ਰੌਲਾ ਪਾ ਰਿਹਾ ਹੈ ਕਿ ਮੇਰੇ ਦੋ ਬੱਚੇ ਇਸ ਗਟਰ ਵਿੱਚ ਡਿੱਗੇ ਨੇ ਥਾਣੇ ਲੈ ਕੇ ਚਲਦੇ ਆ ਪੁੱਛ ਪੜਤਾਲ ਕਰਦੇ ਆ ਕਿਤੇ ਮਾਮਲਾ ਕੋਈ ਹੋਰੀ ਨਾ ਹੋਵੇ ਥਾਣੇ ਲੱਗਾ ਥਾਣੇ ਲੈ ਜਾ ਕੇ ਬਠਾੜਕੇ ਨੂੰ ਪੁੱਛਿਆ ਪਹਿਲਾਂ ਤੂੰ ਇਹ ਦੱਸ ਕਿ ਬੱਚੇ ਲੈ ਕੇ ਆਇਆ ਸੀ ਕਹਿੰਦਾ ਬਿਲਕੁਲ ਲੈ ਕੇ ਆਇਆ ਸੀ ਕਹਿੰਦੇ ਆਪਣੀ ਘਰ ਵਾਲੀ ਨਾਲ ਗੱਲ ਕਰਾ ਘਰ ਵਾਲੀ ਦਾ ਜਦੋਂ ਨੰਬਰ ਲੈ ਕੇ ਉਹਨੂੰ ਫੋਨ ਕੀਤਾ ਗਿਆ ਉਹ ਬੜੀ ਹੈਰਾਨ ਸੀ ਕਿ ਮੇਰਾ ਘਰ ਵਾਲਾ ਲੁਧਿਆਣਾ ਕੀ ਕਰਦਾ ਫਿਰਦਾ ਉਹਨੂੰ ਪੁੱਛਿਆ ਤੇਰੇ ਬੱਚੇ ਦੋ ਨੇ ਉਹ ਕਹਿੰਦੀ ਬਿਲਕੁਲ ਦੋ ਨੇ ਕਿੱਥੇ ਨੇ ਉਹ ਕਹਿੰਦੀ ਆਹ ਵਾਲੇ ਇੱਕ ਖੱਬੇ ਫਿਰਦਾ ਖੇਡਦਾ ਕ ਸੱਜੇ ਫਿਰਦਾ ਖੇਡਦਾ ਘਰੇ ਹੀ ਨੇ ਹੁਣ ਪੁਲਿਸ ਵਾਲਿਆਂ ਦੀ ਜਾਂਚ ਜਾਣ ਫੇਰ ਆਈ ਕਿ ਬੱਚੇ ਤਾਂ ਘਰ ਨੇ ਉਹ ਕਹਿੰਦੇ ਵਾਕਈ ਦੋ ਨਹੀਂ ਜਖਤੇ ਇਹ ਨਾ ਹੋਵੇ ਕਿ ਦੋ ਘਰ ਖੇਡਦੇ ਨੇ ਦੋਏ ਨਾਲ ਲਿਆਇਆ ਹੋਵੇ ਉਹ ਕਹਿੰਦੀ ਨਹੀਂ ਬੱਚੇ ਦੋ ਹੀ ਨੇ ਦੋਵੇਂ ਹੀ ਘਰ ਖੇਡ ਰਹੇ ਨੇ ਤੇ ਉਹਨਾਂ ਨੇ ਗੱਡੀ 'ਚ ਬਿਠਾਇਆ ਤੇ ਉਸ ਪਿੰਡ ਦੇ ਵਿੱਚ ਉਸ ਨੂੰ ਲੈ ਕੇ ਤੁਰ ਪਏ ਜਦੋਂ ਘਰੇ ਲੈ ਕੇ ਗਏ ਉਹਦੀ ਘਰ ਵਾਲੀ ਨੇ ਜਿਹੜਾ ਖੁਲਾਸਾ ਕੀਤਾ ਉਹ ਵੀ ਅਹਿਮ ਹੈ ਉਹ ਕਹਿੰਦੀ ਇਹ ਪਿੰਡਾ ਸ਼ਰਾਬ ਇਹਨੇ ਆਹ ਬੱਚਿਆਂ ਦੇ ਗੁੰਮ ਹੋਣ ਵਾਲਾ ਨਾਟਕ ਪਹਿਲੀ ਵਾਰ ਨਹੀਂ ਕੀਤਾ ਤਾਂ ਹੋਸ਼ ਨਹੀਂ ਰਹਿੰਦੀ ਆਹ ਕੰਮ ਵੀ ਇਹਨੇ ਸ਼ਰਾਬ ਪੀ ਕੇ ਸ਼ਰਾਬ ਦੇ ਨਸ਼ੇ 'ਚ ਕੀਤਾ ਨਾਲੇ ਕਹਿੰਦੀ ਥੋੜੀ ਬਹੁਤ ਡਿਪਰੈਸ਼ਨ ਦੀ ਦਵਾਈ ਵੀ ਖਾਂਦਾ ਹੈ ਇਹਦੀ ਦਿਮਾਗੀ ਹਾਲਤ ਵੀ ਬਹੁਤੀ ਕੋਈ ਠੀਕ ਨਹੀਂ ਇਹ ਤਾਂ ਮਹੀਂ ਕੱਟੀ ਜਾਨੀ ਹੈ ਇਹਦੇ ਨਾਲ ਸੋ ਗੱਲ ਇੱਥੇ ਮੁੱਕੀ ਕਿ ਬੱਚੇ ਭਾਈ ਉਹਦੇ ਗੁੰਮੀ ਨਹੀਂ ਹੋਏ ਉਹ ਨਸ਼ੇ ਦੀ ਹਾਲਤ ਦੇ ਵਿੱਚ ਆਪਣਾ ਹੋਸ਼ ਗਵਾ ਬੈਠਿਆ ਸੀ ਪਰ ਨਗਰ ਨਿਗਮ ਨੂੰ ਪੁਲਿਸ ਵਾਲਿਆਂ ਨੂੰ ਅਤੇ ਆਮ ਲੋਕਾਂ ਨੂੰ ਨੇ ਘੰਟਿਆਂ ਬੱਧੀ ਉੱਥੇ ਕੰਮ ਲਈ ਰੱਖਿਆ ਤੇ ਹੁਣ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਹੈ ਲਗਭਗ ਹਰ ਇੱਕ ਸੂਬੇ ਦੇ ਵਿੱਚ ਇਸ ਕੋਵਿਡ-19 ਮਹਾਮਾਰੀ ਦੇ ਕਾਰਨ ਰੋ ਟੈਸਟ ਲੈਣੇ ਬੰਦ ਕਰ ਦਿੱਤੇ ਗਏ ਸੀ। ਬੀਤਾ ਕੁਝ ਸਮਾਂ ਪਹਿਲਾਂ ਰੋ ਟੈਸਟ ਦੁਬਾਰਾ ਲੈਣੇ ਸ਼ੁਰੂ ਕਰ ਦਿੱਤੇ ਨੇ ਪਰ ਜਿਨ੍ਹਾਂ ਦੇ ਮਾਰਚ ਮਹੀਨੇ ਸਭ ਤੋਂ ਪਹਿਲਾਂ ਰੋ ਟੈਸਟ ਕੈਨਸਲ ਕੀਤੇ ਗਏ ਸੀ ਪ੍ਰਾਇਓਰਿਟੀ ਉਹਨਾਂ ਦੀ ਸੀ ਪਰ ਹੁਣ ਹਰ ਇੱਕ ਵਿਅਕਤੀ ਵਾਸਤੇ ਬੁਕਿੰਗ ਓਪਨ ਕਰ ਦਿੱਤੀ ਗਈ ਹੈ। ਹੁਣ ਜਦੋਂ ਇੰਝ ਕਿਤੇ ਹੋਇਆ ਹੋਵੇ ਲੋਕਾਂ ਨੂੰ ਹੁੰਦਾ ਹੈ ਕਿ ਲਾਇਸੈਂਸ ਲਈਏ ਕਿਉਂਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਲਾਇਸੈਂਸ ਬਹੁਤ ਲਾਜ਼ਮੀ ਹੈ। ਕਈ ਤਾਂ ਨੌਕਰੀਆਂ ਦਾ ਲਿਖਿਆ ਹੁੰਦਾ ਕਿ ਨੌਕਰੀ ਤੁਹਾਨੂੰ ਤਾਂ ਮਿਲੇਗੀ ਤੁਹਾਡੇ ਕੋਲੇ ਲਾਇਸੈਂਸ ਤਾਂ ਹੋਣਾ ਜ਼ਰੂਰੀ ਹੈ ਪਰ ਕਾਰ ਕੰਪਨੀ ਪ੍ਰੋਵਾਈਡ ਕਰ ਦੇਵੇਗੀ ਕਈਆਂ ਥਾਵਾਂ ਤੇ ਹੁੰਦਾ ਕਿ ਤੁਹਾਡੇ ਕੋਲੇ ਲਾਇਸੈਂਸ ਤੇ ਕਾਰ ਦੋਵਾਂ ਦਾ ਹੋਣਾ ਲਾਜ਼ਮੀ ਹੈ ਹੁਣ ਲੋਕਾਂ ਨੂੰ ਪਤਾ ਹੈ ਕਿ ਲੋਕਾਂ ਦੀ ਇਹ ਜ਼ਰੂਰਤ ਹੈ ਨੈਸੈਸਿਟੀ ਹੈ ਇੱਕ ਬਿਲਕੁਲ ਇਨ ਬਿਨ ਆਈਸੀਬੀਸੀ ਵਰਗੀ ਵੈਬਸਾਈਟ ਤਿਆਰ ਕਰ ਲਈ ਗਈ ਹੈ ਜਦੋਂ ਤੁਸੀਂ ਵੈਬਸਾਈਟ ਵਿਜ਼ਿਟ ਕਰਦੇ ਹੋ ਤੁਹਾਨੂੰ ਲੱਗਦਾ ਕਿ ਆਈਸੀਬੀਸੀ ਦੀ ਹੀ ਇਹ ਵੈਬਸਾਈਟ ਹੈ ਕਿਉਂਕਿ ਜਦੋਂ ਤੁਸੀਂ ਰੋਡ ਟੈਸਟ ਬੁੱਕ ਕਰਨ ਵਾਸਤੇ ਕੰਪਿਊਟਰ ਦੇ ਉੱਤੇ ਪੰਚ ਕਰਦੇ ਹੋ ਪਾਉਨੇ ਉਹ ਤੁਹਾਨੂੰ ਲਗਭਗ ਉਹ ਵੈਬਸਾਈਟ ਖੁੱਲ੍ਹੇ ਆਉਂਦੀ ਹੈ ਖੁੱਲਣ ਤੋਂ ਬਾਅਦ ਰੋਡ ਟੈਸਟ ਬੁਕਿੰਗ ਲਿਖਿਆ ਆਉਂਦਾ ਫਿਰ ਉੱਥੇ ਆਪਸ਼ਨ ਆਉਂਦੀ ਹੈ ਕਿ ਤੁਸੀਂ ਲੋਅਰ ਮੀਨਲੈਂਡ ਵਿੱਚ ਕਰਨਾ ਹੈ ਇੰਟੀਰੀਅਰ ਵਿੱਚ ਕਰਨਾ ਹੈ ਆਈਲੈਂਡ ਵਿੱਚ ਕਰਨਾ ਹੈ ਜਦੋਂ ਤੁਸੀਂ ਉਹ ਦਬਦੇ ਹੋ ਫਿਰ ਤੁਹਾਨੂੰ ਵੱਖੋ-ਵੱਖ ਸ਼ਹਿਰਾਂ ਦਾ ਆਉਂਦਾ ਫਿਰ ਮੰਨ ਲਓ ਤੁਸੀਂ ਸਰੀ ਦੱਬ ਲਈ ਬਰਨਵੀ ਹੈ ਬਸਪੋਰਟ ਤੋਂ ਇਲਾਵਾ ਇੱਕ ਜਿਹੜਾ ਵੀ ਦਬਦੇ ਹੋ ਉਹਦੇ ਵਿੱਚ ਜਿੰਨੇ ਵੀ ICBC ਦੇ ਦਫ਼ਤਰ ਨੇ ਉਹਨਾਂ ਦਾ ਐਡਰੈਸ ਆਉਂਦਾ ਫਿਰ ਜਦੋਂ ਤੁਸੀਂ ਉਹ ਦੱਬ ਲੈਨੇ ਹੋ ਕਿ ਕਿਹੜੀ ਲੋਕੇਸ਼ਨ ਤੇ ਕਰਨਾ ਹੈ ਫਿਰ ਤੁਹਾਡੇ ਕੋਲੋਂ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਟਾਈਮ ਜਾਂ ਤਾਰੀਖ ਕਿਹੜੀ ਚਾਹੁੰਦੇ ਹੋ ਫਿਰ ਟਾਈਮ ਤਾਰੀਖ ਤੋਂ ਬਾਅਦ ਤੁਹਾਡਾ ਡਰਾਈਵਿੰਗ ਲਾਇਸੈਂਸ ਨੰਬਰ ਪੁੱਛਿਆ ਜਾਂਦਾ ਤੁਹਾਡਾ ਪੂਰਾ ਨਾਂ ਤੇ ਤੁਹਾਡਾ ਐਡਰੈਸ ਪੁੱਛਿਆ ਜਾ ਰਿਹਾ ਇੱਥੋਂ ਤੱਕ ਕਿ ਤੁਹਾਡੀ ਡੇਟ ਆਫ ਬਰਥ ਵੀ ਪੁੱਛੀ ਜਾ ਰਹੀ ਹੈ ਜਿਸ ਤੇ ਬਾਬਤ ਤਾਂ ਵਾਰ-ਵਾਰ ਅਸੀਂ ਅਪੀਲ ਕਰਦੇ ਹਾਂ ਕਿ ਕਿਸੇ ਨੂੰ ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਨਹੀਂ ਦੇਣਾ ਕਿਸੇ ਨੂੰ ਆਪਣੀ ਕਦੀ ਡੇਟ ਆਫ ਬਰਥ ਨਹੀਂ ਦੇਣੀ ਸਰਕਾਰੀ ਵਿਭਾਗਾਂ ਵਾਲਾਂ ਨੂੰ ਜ਼ਰੂਰਤਾ ਉੱਥੇ ਦਿੱਤੀ ਜਾਣੀ ਚਾਹੀਦੀ ਹੈ ਹੁਣ ਉਹਦੇ ਤੋਂ ਬਾਅਦ ਉਹ ਤੁਹਾਡਾ ਮਾਸਟਰ ਕਾਰਡ ਵਿਜ਼ਾ ਅਮਰੀਕਨ ਐਕਸਪ੍ਰੈਸ ਡੈਬਿਟ ਕਾਰਡ ਬੈਂਕਿੰਗ ਦੀ ਸਾਰੀ ਜਾਣਕਾਰੀ ਲੈਂਦੇ ਆ ਬਹੁਤ ਸਾਰੇ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਆ ਤੇ ਉਹ 50 ਡਾਲਰ ਐਕਸਟਰਾ ਫੀਸ ਵੀ ਲੈ ਰਹੇ ਆ ਦੂਸਰੀ ਗੱਲ ਇਹ ਕਈ ਵਿਅਕਤੀ ਸੋਚਣਗੇ ਕਿ 50 ਡਾਲਰ ਦੇ ਦੇ ਵੀ ਦਿੱਤੇ ਜਾਣ ਘਟੋਕਟ ਰੋਡ ਟੈਸਟ ਦੀ ਤਾਰੀਖ ਤਾਂ ਵੱਧ ਰਹੀ ਹੈ ਜਿਹੜਾ ਸਭ ਤੋਂ ਇਹਦੇ ਵਿੱਚ ਅਹਿਮ ਪਹਿਲੂ ਹੈ ਕਿ ਤੁਸੀਂ ਪੈਸੇ ਵੀ ਦੇ ਦਿੱਤੇ ਆਪਣੀ ਜਿਹੜੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਵੀ ਸ਼ੇਅਰ ਕਰ ਦਿੱਤੀ ਪਰ ਰੋ ਟੈਸਟ ਦੀ ਤਰੀਕ ਤੁਹਾਡੀ ਇੱਥੇ ਬੁੱਕ ਕੀਤੀ ਦੀ ਕਦੇ ਆਉਣੀ ਨਹੀਂ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਪਹਿਲੂ ਹੈ ਇਸ ਵਾਸਤੇ ਮੈਂ ਸੂਚਿਤ ਕਰ ਰਿਹਾ ਹਾਂ ਕਿ ਜੇਕਰ ਤੁਸੀਂ ICBC ਤੋਂ ਬਗੈਰ ਕਿਤੇ ਇਸ ਤਰ੍ਹਾਂ ਦੀ ਵੈੱਬਸਾਈਟ ਦੇ ਧੋਖੇ ਦਾ ਸ਼ਿਕਾਰ ਹੋ ਰਹੇ ਹੋ ਬਚਿਓ ਗੁਰੇਜ਼ ਕਰਿਓ ਸਿਰਫ ਇਹੀ ਨਹੀਂ ਕਿ ਤੁਹਾਡੇ 50 ਡਾਲਰ ਜਾਣੇ ਨੇ ਸਿਰਫ ਏਸ ਹੀ ਨਹੀਂ ਕਿ ਤੁਹਾਡਾ ਰੋ ਟੈਸਟ ਬੁੱਕ ਨਹੀਂ ਹੋਇਆ ਤੁਹਾਡੀ ਕ੍ਰੈਡਿਟ ਕਾਰਡ ਦੀ ਇਨਫਰਮੇਸ਼ਨ ਚਲੀ ਗਈ ਹੈ ਤੁਹਾਡੀ ਡੇਟ ਆਫ ਬਰਥ ਚਲੀ ਗਈ ਹੈ ਤੁਹਾਡੀ ਹੋਰ ਜਿਹੜੀ ਪ੍ਰਾਈਵੇਟ ਜਾਣਕਾਰੀ ਉਹਨਾਂ ਕੋਲ ਚਲੀ ਗਈ ਹੈ ਹੋਰ ਵੀ ਵੱਡੇ ਧੋਖੇ ਤੁਹਾਡੇ ਨਾਲ ਹੋ ਸਕਦੇ ਆ ਸੋ ਦੋਸਤੋ ਇਹ ਸਨ ਅੱਜ ਦੇ ਸੈਗਮੈਂਟ ਦੀਆਂ ਕੁਝ ਖਬਰਾਂ ਜਾਣਕਾਰੀ ਤੇ ਕੁਝ ਚਰਚਾ ਜੇਕਰ ਇਹ ਵੀਡੀਓ ਇਹ ਸੈਗਮੈਂਟ ਚੰਗਾ ਲੱਗਿਆ ਤਾਂ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਵੀ ਕਰਿਓ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਿਓ ਤੇ ਲਾਈਕ ਵਾਲਾ ਬਟਨ ਦਬਣਾ ਵੀ ਨਾ ਭੁੱਲਿਓ ਤੁਹਾਡਾ ਧੰਨਵਾਦੀ ਹੋਵਾਂਗਾ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਾਤਰੀ ਕਾਲ 13 ਬਰਾਕਾ